ఏవో అబిలో ఠుంకాలవ ਮੇਰੀ ਬੇਗਮ ਭਾਜੀ ਇੱਥੋਂ ਸਾਬ ਜਾਣਾ ਹੈ ਭਾਬੀ ਜੀ ਕੀ ਹਾਲ ਹੈ ਠੀਕ ਹੋ ਭਾਬੀ ਦਾ ਮੂੰਹ ਵੇਖ ਲੋ ਘੁਮਾ ਕੇ ਕੁੱਤਾ ਕੁੱਤੀ ਜਿ ਮਾਰਿਆ ਹੈ ਵੈਸੇ ਗੱਲ ਕੀ ਉਹ ਬਚਨ ਦੇ ਨਾ ਜਾ ਓਏ ਬੇਗਮ ਭਾਜੀ ਜੀ ਤੁਹਾਡੇ ਲਈ ਮੈਂ ਨਾਮ ਸੁਣ ਲਿਆ ਕਿਹੜਾ ਬਸ ਉਹ ਜ਼ਰਾ ਕਲਮਾ ਲਿਖਣ ਨਹੀਂ ਦਿੱਤਾ ਵੇ ਮੈਂ ਕਿਹਾ ਹੋਣਾ ਮੋੜਾ ਨਹੀਂ ਹਲੋ ਉਹ ਤੇਰੇ ਤੇ ਸਾਲਿਆ ਨੈਣ ਨਕਸ਼ੀ ਸ਼ਰੀਅਤ ਦੇ ਖਿਲਾਫ ਨੇ ਓਏ ਇਹਨੂੰ ਪਛਾਣੇ ਨਹੀਂ ਇਹ ਸਨੀ ਲਿਓਨ ਦਾ ਮੁੰਡਾ ਐ ਉਹਦੀਆਂ ਪਹਿਲੀਆਂ ਫਿਲਮਾਂ ਚ ਹਾਂ ਹੋ ਠੀਕ ਠਾਕ ਹੋ ਕੀ ਹੈ ਤਨ ਮੈਂ ਤੁਹਾਡਾ ਨੌਕਰ ਆ ਉੱਥੇ ਪਿੱਛੇ ਹੋ ਜਾ ਕਿਉਂ ਭਾਬੀ ਜੀ ਠੀਕ ਠਾਕ ਹੋ ਹਾਂ ਠੀਕ ਹੋ ਭਾਬੀ ਤੁਹਾਡਾ ਮੂੰਹ ਬੜਾ ਅੰਬੈਰ ਦੀ ਉਂਗਲ ਵਰਗਾ ਹੋਇਆ ਖੈਰ ਤੈਨੂੰ ਕੀ ਮਸਲਾ ਭਾਈ ਆ ਬੇਗਮ ਮੇਰੀ ਹਾਂ ਆਇਆ ਹੋ ਠੀਕ ਹੈ ਨਾ ਮਸਲਾ ਇਹਦਾ ਭਲਾ ਕਿਉਂ ਵਿਆਹ ਕੀਤਾ ਮੇਰਾ ਪਿੰਡ ਜ਼ਰਾ ਵੱਡਾ ਸੀ ਨਾ ਮਾਗਾ ਜ਼ਰਾ ਅਕਲ ਕਰ ਰੋਟੀਆਂ ਪਕਾਈ ਨਾ ਉੱਥੇ ਹਾਂ ਹਾਂ ਤੇ ਜੋਈ ਵਧੀਆ ਹੋਇਆ ਆ ਸ਼ੁਕਰ ਹੈ ਆਉਂਦਾ ਮੂੰਹ ਵੇ ਲਾ ਆਉਂਦਾ ਮੂੰਹ ਆਪਣਾ ਮੂੰਹ ਵੇ ਜਿਸ ਤਰ੍ਹਾਂ ਤੁਹਾਡਾ ਜੁਆਈ ਭਾਈ ਹੁੰਦਾ ਇਹ ਕਹਿਣਾ ਉਹਦੇ ਨਾਲ ਵੀ ਗੱਲ ਕਰ ਬੈਣ ਦਾ ਵਟਸਐਪ ਯੂਜ਼ ਕਰਨ ਵਾਲੇ ਉਹਦੇ ਨਾਲ ਕਰ ਕੀ ਕਰਾਂ ਅਰੇ ਉਸਤਾਦ ਤੂੰ ਕਰ ਪਾਕਿਸਤਾਨ ਦੀ ਇੰਡੀਆ ਦੇ ਬਾਰਡਰ ਦੀ ਹਾਂ ਉਹਨੇ ਤਾਰਾ ਲਾ ਕੇ ਵੇਚਣ ਉਹਨੇ ਫਾਈਲ ਲਿਆ ਉਹਨਾਂ ਦਾ ਖੈਰ ਆ ਕਹਿੰਦਾ ਮੈਂ ਸਮਝਿਆ ਸੁਲਾ ਹੋ ਗਈ ਹੈ ਅੱਛਾ ਤੇ ਛੱਡ ਭਾਬੀ ਦਾ ਮੂੰਹ ਵੇਖ ਲੋ ਅਸੈਂਬਲੀ ਅੱਜ ਲੇਲੀ ਬੱਜੀ ਹੁੰਦੀ ਹੈ ਭਾਬੀ ਦਾ ਮੂੰਹ ਵੇਖ ਲੋ ਓਵਨ ਤੇ ਵੇਟ ਕੀਤੀ ਹੁੰਦੀ ਹੈ ਦੇਖ ਮੇਰੀ ਬਹੁਤ ਤੋਂ ਯਾਦ ਹੈ ਤੇ ਸੈਕਿੰਡ ਦੁਕਾਨ ਤੇ ਜਾ ਕੇ ਮੈਂ ਕਿਹਾ ਜੀ ਕੁੱਤੇ ਪਾ ਦੇ ਉਹਨੇ ਕਾਹ ਪਾਤਾ ਹੈ ਕਾਹ ਪਾਤਾ ਤੇ ਕੀ ਹਾਲ ਕਰਿਆ ਅੱਬੇ ਦਾ ਦਾਦੀ ਮੌਤ ਹੋਈ ਲੋਕਾਂ ਨੇ ਆਲੇ ਦੁਆਲੇ ਬਰਫ਼ ਲਾਈ ਇਹਨਾਂ ਨੇ ਵਿੱਚ ਅੰਬ ਲਾ ਲਿਆ ਉਹ ਲੋਕੀ ਨਾਲ ਅਫਸੋਸ ਕਰੀ ਜਾਂ ਨਾਲੇ ਕਹੀ ਹਾਏ ਬੜੀ ਚੰਗੀ ਹੁੰਦੀ ਸੀ ਉਹ ਪੂਰੇ ਮਹੱਲੇ ਦੇ ਵਿੱਚ ਪਿੱਛੇ ਹੀ ਨੌਕਰ ਅੱਛਾ ਤੁਸੀਂ ਦੋਵਾਂ ਨੇ ਮੇਰੇ ਨਾਲ ਅਗਰ ਤੁਸੀਂ ਜੇ ਮੈਂ ਮੇਰੇ ਭਾਈ ਜਾਨ ਹੈ ਇਹ ਮੇਰੇ ਭਾਈ ਇਹ ਮੇਰੇ ਭਾਈ ਹੈ ਇਹ ਮੇਰੀ ਬੇਗਮ ਹੈ ਇਹ ਇਨਕੀ ਬੇਗਮ ਹੈ ਉਹ ਤਰਨ ਕਰਾਉਣੇ ਆ ਮੈਨੂੰ ਨਹੀਂ ਪਤਾ ਆ ਮੇਰੀ ਭਜਾਈ ਆ ਮੇਰੀ ਬੀਵੀ ਹਾਂ ਪੈਨ ਘਟਾਉਣੀਗੇ ਸਾਨੂੰ ਕਿਹੋ ਜਿਹੇ ਦੇ ਦਿੰਦੇ ਨੇ ਆਹ ਪੈਨਾ ਮੈਨੂੰ ਜ਼ਰਾ ਬਹੁਤੀ ਆ ਉਹ ਦੇ ਦਿਓ ਓਏ ਦੂਸਰੀਆਂ ਨਾ ਕਿੱਥੇ ਲੱਗੀ ਆਪਾਂ ਉਹ ਲੈ ਲਾ ਉਹ ਪਹਿਲੇ ਆਪਣੇ ਘਰਾਂ 'ਚ ਨੇ ਤੁਸੀਂ ਆਪਣੇ ਘਰ 'ਚੋਂ ਪਹਿਲੇ ਵੰਡ ਪਾ ਲਓ ਆ ਤੇ ਬੋਲਦੀ ਵੀ ਨਹੀਂ ਮੇਰੇ ਨਾਲ ਪਤਾ ਨਹੀਂ ਕੀ ਗੱਲ ਕਰਦੀ ਹੈ ਠੀਕ ਹੈ ਆ ਮੈਂ ਬਿਲਕੁਲ ਠੀਕ ਹੂੰ ਬੋਲਦੀ ਬੋਲਦੀ ਸ਼ੁਕਰ ਬੋਲਦੀ ਹੈ ਸਾਹ ਹੈ ਲੱਗਣ ਬੱਗੇ ਕਿਰਾਏ ਤੇ ਦੇਣ ਵਾਲੇ ਆ
ਔਲਾਦ ਹਿੰਦੀ ਲਾਤੇ ਤੂੰ ਧੋਲਾ ਧੋਸਾ ਸੀ ਆਇਆ ਨਹਿਰ ਤੇ ਸਾਰੀ ਦੁਨੀਆ ਨਹਿਰ ਚ ਨਹਾਉਣ ਦੀ ਛਾਲਾਂ ਮਾਰਨ ਦੇ ਲੋਕ ਗਰਮੀ ਦਾ ਮਜ਼ਾ ਲੈਣ ਦੇ ਜੀ ਜੀ ਆ ਮੇਰੇ ਭਰਾ ਨੇ ਛਾਲ ਮਾਰੀ ਗੋਡੇ ਛਿੱਲੇ ਗਏ ਅਰਕਾਂ ਛਿੱਲੀਆਂ ਗਈਆਂ ਉਹ ਕਿਉਂ ਇਹਨੇ ਅੰਡਰ ਪਾਸ ਚ ਕੱਢ ਮਾਰੀ ਨਾਲ ਸਾਨੂੰ ਵੀ ਦਲੀਲ ਕਰਾਉਣਾ ਮੈਂ ਕਹਿੰਦਾ ਛੱਡ ਗੱਲਾਂ ਦਿਓ ਗੱਡਰ ਹੀ ਟਿੱਕਾ ਮੈਂ ਕਿਹਾ ਬਾਹਰ ਨਿਕਲ ਕੇ ਤਾਂ ਨਹੀਂ ਮੈਨੂੰ ਮਸਤ ਮਾਹੌਲ ਵਿੱਚ ਜੀਣੇ ਦਿਓ ਕੋਈ ਗੱਲ ਨਹੀਂ ਬਣੀ ਗੱਲ ਨਹੀਂ ਬਣੀ ਬਾਬਾ ਜੀ ਮੇਰੇ ਵਿੱਚ ਪੈਸੇ ਕੱਢ ਸਾਨੂੰ ਪੈਸੇ ਦੇ ਉਹ ਕਿਹੜੇ ਪੈਸੇ ਮੈਂ ਤੁਹਾਨੂੰ ਇਹ ਸਾਡੀ ਜਾਇਦਾਦ ਹੈ ਬਾਬਾ ਸਾਡੀ ਜਾਇਦਾਦ ਕੱਢੋ ਮੈਂ ਤੈਨੂੰ ਦੱਸਦਾ ਹੀ ਓਏ ਯਾਰ ਸੁਣੋ ਪਿਸਤੀ ਕੁੱਤੀ ਜਾਣਦਾ ਨਹੀਂ ਮੈਨੂੰ ਮੈਂ ਤੁਹਾਡੀਆਂ ਸ਼ਾਦੀਆਂ ਕਰਾ ਦਿੱਤੀਆਂ ਇੰਨੀ ਬੜੀ ਗੱਲ ਹੈ ਸ਼ਾਦੀਆਂ ਦੇ ਬੜੇ ਰੁਪਈਏ ਲੱਗੇ ਜਿਹੜੇ ਨਾ ਕੋਈ ਪੈਸਾ ਨਾ ਕੋਈ ਜਾਇਦਾਦ ਹੈ ਇਹ ਸਾਡੇ ਪਿਓ ਦੀ ਦੌਲਤ ਹੈ ਜਾਂ ਤੂੰ ਆਪਣੇ ਪਿਓ ਦੀ ਲੈ ਗਿਆ ਹਾਂ ਉਹ ਮੇਰੇ ਪਿਓ ਦੀ ਇਹ ਕਾਲਾ ਸ਼ਾਹ ਕਾਕੂ ਸਾਹਿਬ ਓਏ ਐਸਨ ਫੋਟੋਗ੍ਰਾਫਰ ਤੇ ਕੈਮਰੇ ਮੇਰੀ ਗੱਲ ਨਹੀਂ ਤੁਹਾਨੂੰ ਸਮਝ ਆਉਣ ਦੀ ਆ ਵੇਖਿਆ ਜੀ ਸਾਡਾ ਪਿਓ ਤੂੰ ਹੈ ਤਾਂ ਸਾਡੇ ਪਿਓ ਦੀ ਜ਼ਿਆਦਾ ਦੇ ਸਾਡੀ ਨਾ ਫਰਮਾਨ ਰਗਨ ਦੀ ਔਲਾਦ ਅੱਬੇ ਦੇ ਮੂੰਹ ਵੇਖ ਲਾ ਨਾਲੇ ਦੀ ਗੰਢ ਹੁੰਦੀ ਆ ਨਹੀਂ ਕੋਈ ਐਸੀ ਗੱਲ ਨਹੀਂ ਹਾਂ ਨਹੀਂ ਬਾਜੀ ਤੁਸੀਂ ਗੱਲਾਂ ਕਰਦੇ ਹੋ ਨਾ ਠਹਿਰ ਜਾ ਛੇ ਉਰੇ ਵੈਗਨ ਆ ਜਾ ਵਾਜ ਵਾਜ ਚੌਂ ਬੰਦਿਆਂ ਦੀ ਕਿਹੜੀ ਵੈਗਨ ਹੁੰਦੀ ਆ ਸਾਰੇ ਖਾਸ ਨਹੀਂ ਹੁੰਦੀ ਨਹੀਂ ਹੁੰਦੀ ਮੈਂ ਸਾਰੇ ਦੇਖੋ ਦੇਖ ਲਓ ਇਹੋ ਜਿਹੇ ਚਿੜੀਆਂ ਆਪਣਾ ਅੰਡਾ ਦੇ ਕੇ ਬੇਹੋਸ਼ ਹੋ ਜਾਂਦੀਆਂ ਕਿਸ ਤਰ੍ਹਾਂ ਇੱਧਰ ਦੇਖੋ ਆਹ ਕੁੜੀ ਦਾ ਵਿਆਹ ਆਪਣਾ ਆਹ ਕੁੜੀ ਦਾ ਵਿਆਹ ਹੋਵੇ ਸਾਰਾ ਟੱਬਰ ਪਿਛੋਂ ਰੋਂਦੇ ਆ ਮਾਂ ਰੋਂਦੇ ਆ ਭਰਾ ਰੋਂਦੇ ਆ ਪਿਓ ਰੋਂਦੇ ਆ ਇਹਦਾ ਵਿਆਹ ਸਾਰਾ ਟੱਬਰ ਚੁੱਕ ਰਿਹਾ ਯਾ ਖੁਸ਼ੀ ਸੇ ਖੁਸ਼ੀ ਸੇ ਖੁਸ਼ੀ ਸੇ ਤੇ ਵਿਆਹ ਹੀ ਕਿਉਂ ਸੀ ਇਹਨੂੰ ਵੇਖ ਲਓ ਵੇਖ ਲੈ ਜੇ ਦਫਨਾ ਦੇ ਅੱਪਾ ਜੀ ਅੱਲਾ ਦੇ ਬੰਦੇ ਹੋ ਮਾੜਾ ਤੇ ਮੈਂ ਵੀ ਆ ਪਰ ਇਹਦੇ ਤੋਂ ਬੀੜੇ ਕਰ ਕੋਈ ਪਰ ਨਹੀਂ ਆ ਠੀਕ ਨੇ ਆ ਮੇਰਾ ਸਾਹਿਬ ਕਿਡਾ ਮਾੜਾ ਹੈ ਮੇਰੇ ਮਾੜਾ ਐਡਾ ਮਾੜਾ ਹੈ ਤਾਈ ਕੋਲ ਸ਼ੇਰ ਕਰਨ ਗਿਆ ਤੇ ਫੁਆਰਾ ਮਾਰਿਆ ਪਿਛਲੇ